ਸਸ਼ੀਰੀય ਕਾਲ ਮੈਂ ਦੀਪ ਕੁਲਦੀਪ ਪੇਸ਼ ਕਰ ਰਹੀ ਹਾਂ 8ਵੀਂ ਵਰਲਡ ਪੰਜਾਬੀ ਕਾਨਫਰੰਸ ਤੇ ਸੰਬੰਧ ਵਿੱਚ ਇੱਕ ਵਿਸ਼ਲੇਸ਼ਣ ਰਿਪੋਰਟ ਜਗਤ ਪੰਜਾਬੀ ਸਭਾ ਕੈਨੇਡਾ ਵਧਾਈ ਦੇ ਪਾਤਰ ਹੈ 8ਵੀਂ ਵਰਲਡ ਪੰਜਾਬੀ ਕਾਨਫਰੰਸ ਬ੍ਰੈਂਪਟਨ ਵਿਖੇ ਸਫਲਤਾ ਨਾਲ ਕਰਵਾਉਣ ਲਈ ਇਸ ਕਾਨਫਰੰਸ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵੀ ਭਾਰਤ, ਪਾਕਿਸਤਾਨ, ਕੈਨੇਡਾ, ਆਸਟ੍ਰੇਲੀਆ, ਦੁਬਈ ਅਤੇ ਅਮਰੀਕਾ ਤੋਂ ਕਈ ਵਿਦਵਾਨ ਇਸ ਕਾਨਫਰੰਸ ਦਾ ਹਿੱਸਾ ਤੇ ਮਾਣ ਬਣੇ। 24 ਜੂਨ ਨੂੰ ਸੈਂਚਰੀ ਗਾਰਡਨ ਰੀਕ੍ਰੀਏਸ਼ਨ ਸੈਂਟਰ ਬ੍ਰੈਮਟਨ ਵਿਖੇ ਸ਼ੁਰੂ ਹੋਈ ਇਸ ਕਾਨਫਰੰਸ ਵਿੱਚ ਸਰਦਾਰ ਚਰਨਜੀਤ ਸਿੰਘ ਬਾਠ ਜੋ ਕਿ ਅਮਰੀਕਾ ਤੋਂ ਆਏ ਹੋਏ ਸਨ ਅਤੇ ਕੈਨੇਡਾ ਤੋਂ ਸਰਦਾਰ ਸਰਦੂਲ ਸਿੰਘ ਥਿਆੜਾ ਸਰਦਾਰ ਤਰਲੋਚਨ ਸਿੰਘ ਘਟਵਾਲ ਸਰਦਾਰ ਜਸ ਸਿੰਘ ਸਰਦਾਰ ਦਲਬੀਰ ਸਿੰਘ ਕਥੂਰੀਆ ਕਾਉਂਸਲਰ ਬ੍ਰੈਮਟਨ ਅਤੇ ਮਿਸਿਸ ਹਗਾ ਅਤੇ ਹੋਰ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ ਤਿੰਨ ਦਿਨ ਚੱਲੀ ਇਹ ਕਾਨਫਰੰਸ ਵਿਦਵਤਾ ਅਤੇ ਚਿੰਤਨ ਦਾ ਵਗਦਾ ਦਰਿਆ ਬਣੀ ਰਹੀ ਜਿਸ ਵਿੱਚ ਲਗਭਗ ਸਾਰੇ ਦੇਸ਼ਾਂ ਦੇ ਬੁਲਾਰਿਆਂ ਨੇ ਆਪਣੀ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਦੇ ਅਣਗੋਲੇਪਣ ਤੇ ਆਪਣੇ ਵਿਚਾਰ ਪੇਸ਼ ਕੀਤੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਸਰਦਾਰ ਤਰਲੋਚਨ ਸਿੰਘ ਘਟਵਾਲ ਨੇ ਸਵਾਗਤੀ ਸ਼ਬਦ ਕਹੇ ਕਾਉਂਸਲਰ ਸੋਨੀਆ ਸਿੱਧੂ ਅਤੇ ਮਨਿੰਦਰ ਸਿੱਧੂ ਨੇ ਆਪਣੇ ਵਿਚਾਰਾਂ ਦੇ ਨਾਲ ਨਾਲ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੂਡੋ ਦਾ ਸੰਦੇਸ਼ ਵੀ ਸਾਂਝਾ ਕੀਤਾ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸ਼੍ਰੀ ਦਲਬੀਰ ਸਿੰਘ ਕਥੂਰੀਆ ਨੇ ਕਾਨਫਰੰਸ ਵਿੱਚ ਆਏ ਸਭ ਸੱਜਣਾ ਦਾ ਸਵਾਗਤ ਕੀਤਾ ਸਰਦਾਰ ਚਰਨਜੀਤ ਸਿੰਘ ਬਾਠ ਜੋ ਕਿ ਕਾਨਫਰੰਸ ਦੇ ਮੁੱਖ ਮਹਿਮਾਨ ਸਨ ਨੇ ਸਭਾ ਦੇ ਪੰਜਾਬੀ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਉਪਰੰਤ ਚੇਅਰਮੈਨ ਜਗਤ ਪੰਜਾਬੀ ਸਭਾ ਸਰਦਾਰ ਅਜੈਪ ਸਿੰਘ ਛੱਠਾ ਨੇ 2009 ਤੋਂ ਕਾਨਫਰੰਸ ਦੇ ਸਹਿਯੋਗੀ ਮੈਂਬਰਾਂ ਦਾ ਸਨਮਾਨ ਕੀਤਾ ਸਰਦਾਰ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਨੂੰ ਪਾਈ ਵੀਰ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਜੀਵਨ ਤੇ ਡਾਕੂਮੈਂਟਰੀ ਵੀ ਦਿਖਾਈ ਗਈ। ਅਕਾਦਮਿਕ ਸੈਸ਼ਨ ਵਿੱਚ ਸਰਦਾਰ ਜਗਜੀਤ ਸਿੰਘ ਧੂਰੀ, ਡਾਕਟਰ ਕਮਲਪ੍ਰੀਤ ਕੌਰ ਸੰਧੂ ਅਤੇ ਡਾਕਟਰ ਸੁਖਜੀਤ ਕੌਰ ਨੇ ਸਿੱਖਿਆ ਪ੍ਰਣਾਲੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਅਗਲੇ ਸੈਸ਼ਨ ਵਿੱਚ ਡਾਕਟਰ ਪ੍ਰਵੀਨ ਕੁਮਾਰ, ਡਾਕਟਰ ਜਸਵਿੰਦਰ ਕੌਰ ਮੰਗਟ, ਵਿਵੇਕ ਜੋਤ ਬਰਾੜ ਸਰਦਾਰ ਪਿਸ਼ੋਰਾ ਸਿੰਘ ਢਿੱਲੋਂ ਨੇ ਆਪਣੇ ਆਪਣੇ ਪਰਚੇ ਪੜੇ ਅਤੇ ਉਪਰੰਤ ਸਵਾਲ ਜਵਾਬ ਦਾ ਦੌਰ ਵੀ ਚੱਲਿਆ ਸਰਦਾਰ ਅਰਵਿੰਦਰ ਢਿੱਲੋਂ ਜੀ ਨੂੰ ਉਹਨਾਂ ਦੀ ਖੋਜ ਭਰਪੂਰ ਪੁਸਤਕ ਵਿਸ਼ਵ ਕਾਨਫਰੰਸਾਂ ਦਾ ਇਤਿਹਾਸ ਲਈ ਪੰਜਾਬ ਗੌਰਵ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਦੂਜੇ ਦਿਨ ਦੇ ਵੱਖ-ਵੱਖ ਸੈਸ਼ਨਾਂ ਵਿੱਚ ਸ਼ਾਮਲ ਹੋਣ ਵਾਲੇ ਬੁਲਾਰੇ ਸਨ ਸਰਦਾਰ ਸਰਬਜੀਤ ਸਿੰਘ ਵਿਰਕ ਸੁਖਵਿੰਦਰ ਕੌਰ ਵਿਰਕ ਡਾਕਟਰ ਸਤਪਾਲ ਕੌਰ ਦਿੱਲੀ ਸੋਹਣ ਸਿੰਘ ਪਰਮਾਰ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਆਪਣੇ ਪੇਪਰ ਪੜੇ ਅਗਲੇ ਸੈਸ਼ਨ ਵਿੱਚ ਕਾਇਦਾਏ ਨੂਰ ਬਾਰੇ ਸਤਿੰਦਰਜੀਤ कौर ਬੁੱਟਰ ਅਤੇ ਜਸਵਿੰਦਰ ਕੌਰ ਜੱਸੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਾਇਦਾਏ ਨੂਰ ਬਾਰੇ ਡਾਕੂਮੈਂਟਰੀ ਵੀ ਦਿਖਾਈ ਗਈ ਤੀਜੇ ਸੈਸ਼ਨ ਵਿੱਚ ਵਿਸ਼ਾ ਰਹਾ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਭਵਿੱਖੀ ਸੰਭਾਵਨਾਵਾਂ ਤੇ ਚਰਚਾ ਕਰਨ ਵਾਲੇ ਵਿਦਵਾਨ ਸਨ ਡਾਕਟਰ ਪਰਮਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਬਨੀਤ ਕੌਰ ਕੁਲਵਿੰਦਰ ਕੌਰ ਕੋਮਲ ਦੁਬਈ ਅਤੇ ਡਾਕਟਰ ਸਤਪਾਲ ਕੌਰ ਇਸੇ ਦਿਨ ਡਾਕਟਰ ਤਾਹਿਰ ਅਸलम ਗੋਰਾ ਸਰਦਾਰ ਅਮਰ ਸਿੰਘ ਭੁੱਲਰ ਹਮਦਰਦ ਮੀਡੀਆ ਗਰੁੱਪ ਹਲੀਮਾ ਸਾਦੀਆ ਡਾਕਟਰ ਨਸਰੀਨ ਖਾਨ ਪਾਕਿਸਤਾਨ ਨੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕ ਕੀਤਾ ਵਿਸ਼ਾ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ ਪੁਸਤਕ ਬਾਰੇ ਡਾਕੂਮੈਂਟਰੀ ਵੀ ਦਿਖਾਈ ਗਈ। ਆਖਰੀ ਅਤੇ ਸਮਾਪਤੀ ਵਾਲੇ ਦਿਨ ਕਾਇਦਾ-ਏ-ਨੂਰ 21ਵੀਂ ਸਦੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਕਾਨਫਰੰਸਾਂ ਦੀਆਂ ਰਿਪੋਰਟਾਂ ਵੀ ਪੜੀਆਂ ਗਈਆਂ। ਮੁੱਖ ਬੁਲਾਰੇ ਰਹੇ ਡਾਕਟਰ ਦਲਜੀਤ ਸਿੰਘ, ਸਰਦਾਰ ਅਜੈਬ ਸਿੰਘ ਚੱਠਾ, ਸਰਦਾਰ ਤਰਲੋਚਨ ਸਿੰਘ ਘਟਵਾਲ, ਡਾਕਟਰ ਗੁਰਪ੍ਰੀਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿੱਚ ਕਾਨਫਰੰਸਾਂ ਜਾਰੀ ਰੱਖਣ ਦਾ عہد ਕਰਦੇ ਹੋਏ ਸਮਾਪਤੀ ਕੀਤੀ ਗਈ ਸਰਦਾਰ ਕਥੋਰੀਆ ਨੇ ਧੰਨਵਾਦ ਦੀ ਸ਼ਬਦ ਬੋਲਦੇ ਹੋਏ ਕਾਨਫਰੰਸ ਦੀ ਸਫਲਤਾ ਲਈ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਿੱਚ ਡਾਕਟਰ ਰਮਨੀ ਬੱਤਰਾ ਬਲਵਿੰਦਰ ਕੌਰ ਛੱਠਾ ਰਮਿੰਦਰ ਵਾਲੀਆ ਭੁਪਿੰਦਰ ਵਾਲੀਆ ਜਸਵਿੰਦਰ ਕੌਟਿੱਲੋਂ ਕਰਨ ਅਜਾਇਬ ਸਿੰਘ ਸੰਘਾ ਬਲਵਿੰਦਰ ਸਿੰਘ ਛੱਠਾ ਕੁਲਦੀਪ ਚੁੰਨ ਤ੍ਰਿਪਤਾ ਸੋਢੀ ਪ੍ਰਭ ਦੇ ਆਲਖੰਨਾ ਮੀਤਾ ਖੰਨਾ ਹਮਦਰਦ মিডিਆ ਗਰੁੱਪ ਆਸ਼ਿਕ ਰਹੀਲ ਪ੍ਰੀਤਮ ਸਿੰਘ ਘੁੰਮਣ ਅਤੇ ਦੀਪ ਕੁਲਦੀਪ ਆਦ ਅਖੀਰ ਵਿੱਚ ਕਵੀ ਦਰਬਾਰ ਦਾ ਆਯੋਜਨ ਸਰਦਾਰ ਪਿਆਰਾ ਸਿੰਘ ਕੁੱਦੋਵਾਲ ਦੇ ਸੰਚਾਲਨ ਅਧੀਨ ਕੀਤਾ ਗਿਆ ਜਿਸ ਵਿੱਚ ਸਰਦਾਰ ਪਿਸ਼ੌਰਾ ਸਿੰਘ ਢਿੱਲੋਂ ਮਕਸੂਦ ਚੌਧਰੀ ਤਾਹਿਰ ਅਸਲਮ ਗੋਰਾ ਦੀਪ ਕੁਲਦੀਪ ਡਾਕਟਰ ਸਤਿੰਦਰਜੀਤ ਬੁੱਟਰ ਡਾਕਟਰ ਬਲਵਿੰਦਰਜੀਤ ਕੌਰ ਸਰਦਾਰ ਗਿਆਨ ਸਿੰਘ ਕਈ ਮਲਵਿੰਦਰ ਸਿੰਘ ਰਣਜੀਤ ਕੌਰ ਸੁੰਦਰਪਾਲ ਰਾਜਾ ਸੰਸੀ ਡਾਕਟਰ ਸੁਖਪਾਲ ਹਲੇਮੀ ਸਾਦੀਆ ਆਦ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਖੀਰ ਵਿੱਚ ਅਰਸ਼ਪ੍ਰੀਤ कौर ਪੱਟੀ ਨੇ ਸੂਫੀ ਡਾਂਸ ਪੇਸ਼ ਕੀਤਾ ਜਿਸ ਦੀ ਬਹੁਤ ਸ਼ਲਾਘਾ ਕੀਤੀ ਗਈ ਅਖੀਰ ਕਾਨਫਰੰਸ ਇਸ ਅਹਿਦ ਨਾਲ ਸਮਾਪਤ ਹੋਈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਰਫੁੱਲਤਾ ਲਈ ਯਤਨ ਜਾਰੀ ਰੱਖੇ ਜਾਣਗੇ ਸਿੱਖਿਆ ਵਿੱਚ ਨੈਤਿਕਤਾ ਦੀ ਸਿੱਖਿਆ ਤੇ ਵਿਸ਼ੇਸ਼ ਜ਼ੋਰ ਦੇਣ ਲਈ ਇੱਕ ਪਲੇਟਫਾਰਮ ਤਿਆਰ ਕੀਤਾ ਜਾਵੇ। ਦਫ਼ਤਰੀ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕਰਨ ਤੇ ਜ਼ੋਰ ਦਿੱਤਾ ਜਾਵੇ। ਅਗਲੇ ਦਿਨ 27 ਜੂਨ ਨੂੰ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਸਾਰੇ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ। 28 ਜੂਨ ਨੂੰ ਓਟਵਾ ਅਤੇ ਮਾਂਟਰੀਅਲ ਦਾ ਟੂਰ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਮੋਂਟੇਲ ਵਿਖੇ ਵੀ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ। 29 ਜੂਨ ਨੂੰ ਬ੍ਰੈਮਟਨ ਅਤੇ ਮਿਸਿਸਾਗਾ ਦੇ ਮੇਅਰਜ਼ ਵੱਲੋਂ ਆਪਣੇ ਦਫ਼ਤਰਾਂ ਵਿਖੇ ਇਹਨਾਂ ਵਿਦਵਾਨਾਂ ਅਤੇ ਕਵੀਆਂ ਦਾ ਸਨਮਾਨ ਕੀਤਾ ਗਿਆ। ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਏ ਵੱਖ-ਵੱਖ ਵਿਦਵਾਨਾਂ ਦੀ ਠਹਿਰ ਦਾ ਪ੍ਰਬੰਧ ਵੀ ਪ੍ਰਬੰਧਕਾਂ ਵੱਲੋਂ ਵਧੀਆ ਤਰੀਕੇ ਨਾਲ ਕੀਤਾ ਗਿਆ ਸੀ। ਕੁੱਲ ਮਿਲਾ ਕੇ ਕਾਨਫਰੰਸ ਪੂਰੀ ਤਰ੍ਹਾਂ ਸਫਲ ਰਹੀ। ਸ਼ਾਲਾ ਅਗਲੇਰੀਆਂ ਕਾਨਫਰੰਸਾਂ ਦੀ ਸਫਲਤਾ ਲਈ ਅਗਾਉ ਵਧਾਈਆਂ ਆਮੀਨ ਦੀਪ ਕੁਲਦੀਪ